ਆਸ਼ਾ ਸੰਤ ਤੁਜੀ ਤਨ ਸੰਗਤ ਪ੍ਰਾਨ ਸਤਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਸ਼ਾਂਤ ਚੀ ਸੰਗਤ ਸ਼ਾਂਤ ਕਥਾ ਰਸ ਸ਼ਾਂਤ ਪ੍ਰੇਮ ਮੱਝ ਹੈ ਜੀ ਜੈ ਦੇਵਾ ਦੇਵ ਰਹਾਉ ਸ਼ਾਂਤ ਆਚਰਨ ਸ਼ਾਂਤ ਚੋ ਮਾਰਗ ਸ਼ਾਂਤ ਚੋ ਓਲਗ ਓਲਗਣੀ ਔਰ ਇਕ ਮੰਗੋ ਭਗਤ ਚਿੰਤਾ ਮਨ ਜਣੀ ਲਖਾਵੋ ਅਸੰਤ ਪਾਪੀ ਸਣ ਰਵਿਦਾਸ ਭਣੇ ਜੋ ਜਾਣੇ ਤੋ ਜਾਣ ਸੰਤ ਅਨੰਤ ਅੰਤਰ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਰਵਿਦਾਸ ਜੀ ਤੇ ਮੁਖਾਰ ਬਿੰਦੂ ਉਚਾਰਨ ਕੀਤੇ ਹੋਏ ਇਹ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਮਨ ਕੀਤਾ ਆਓ ਇਹ ਸ਼ਬਦ ਦੀ ਵਿਚਾਰਵਲ ਜੁੜੀਏ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਭਗਤ ਰਵਿਦਾਸ ਜੀ ਇੱਕ ਗੱਲ ਤੇ ਬੜਾ ਜ਼ੋਰ ਦਿੰਦੇ ਇਹ ਇਹਨਾਂ ਵਿਕਾਰਾਂ ਤੋਂ ਬਚਣ ਦੀ ਸਮਰੱਥਾ ਸਾਡੇ ਆਪਣੇ ਆਪ ਵਿੱਚ ਨਹੀਂ ਹੈ ਕਿਉਂਕਿ ਅਸੀਂ ਕਮਜ਼ੋਰ ਹਾਂ ਅਵਰ ਪੰਜ ਹਮ ਇੱਕ ਜਨਾਂ ਜਿਨ੍ਹਾਂ ਦਾ ਮੁਕਾਬਲਾ ਹੈ ਉਹ ਪੰਜ ਹਨ ਅਸੀਂ ਇੱਕ ਤੇ ਉਹਨਾਂ ਪੰਜਾਂ ਦੇ ਨਾਲ ਸਾਨੂੰ ਟੱਕਰ ਲੈਣ ਵਿੱਚ ਅਗਵਾਈ ਚਾਹੀਦੀ 7 ਮੁਛਿਆਨੇ ਕਥਨ ਕਰਦੇ ਨੇ ਗੁਰੂ ਬਿਨ ਘਟ ਨਹੀਂ ਸ਼ਾਹ ਬਿਨ ਪਤ ਨਹੀਂ ਬਾਬ ਗੁਰੂ ਜੀ ਸੰਗਤ ਬਹੁਤ ਜ਼ਰੂਰੀ ਸਾਰੀ ਗੁਰਬਾਣੀ ਦੇ ਅੰਦਰ ਸੰਗਤ ਦੀ ਮਹਾਨਤਾ ਬਹੁਤ ਜਿਆਦਾ ਇਹ ਸਭ ਤੋਂ ਉਤਮ ਸੰਗਤ ਉਹਨਾਂ ਗੁਰਮੁਖਾਂ ਦੀ ਹੈ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੋਏ ਮਹਾਰਾਜ ਤੇ ਕਿੰਨੇ ਰੋਜ਼ ਅਰਦਾਸ ਕਰਿਆ ਕਰੋ ਜਿਨ੍ਹਾਂ ਜਿਸੰਦਰਿਆਂ ਦੁਰਮਤ ਵੰਨੇ ਮਿੱਤਰੇ ਸਾਡੇ ਸਹੀ ਜਿਨਾਂ ਦੇ ਦਰਸ਼ਨ ਕਰਕੇ ਸਾਡੇ ਅੰਦਰੋਂ ਖੋਟੀ ਮਤ ਦੂਰ ਹੋ ਜਾਏ ਉਹ ਹਨ ਸਾਡੇ ਅਸਲ ਮਿੱਤਰ ਬੜੀ ਵਿਚਾਰ ਦੀ ਗੱਲ ਹੈ ਆਖਿਆ ਉਹਨਾਂ ਨੂੰ ਮੇਰੇ ਨਾਲ ਮਿਲਾਓ ਜਿਨ੍ਹਾਂ ਦੀ ਰਸਨਾ ਨਾਮੁਚਾਰ ਦੀ ਹੈ tatha ਜਿਨ੍ਹਾਂ ਦੀ ਸੰਗਤ ਕਰਕੇ ਅਸੀਂ ਨਾਮੁਚਾਰ ਸ਼ੇਰ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਥੀਨ ਦਿਆਲਾ ਸਾਜ ਗਾਵੈ ਗੁਣ ਸਦਰਸਾਲਾ ਬਸ ਬੇਨਤੀ ਦੇ ਸ਼ਬਦ ਤੇ ਗੁਰਬਾਣੀ ਵਿੱਚ ਬਹੁਤ ਮਾਦੂ ਹਮ ਐਸੇ ਤੂੰ ਐਸਾ हम पापी तुम पाप खंडन नीको ठाकुर देसा हम मैले तुम उजल करते हम निर्गुण तू दाता हम मूर्ख तू चतुर सयानी तू सर्व कला का ज्ञाता शब्द नु गुरु दा दर्जा इसले मेरे शब्द दी विचार करो समझ आ जाए ਕਿ ਸਾਡੇ ਵਿੱਚ ਕਮੀਆਂ ਕਿੱਥੇ ਆ। ਇਹ ਸ੍ਰੀ ਭਗਤ ਜੀ ਕਹਿੰਦੇ ਨੇ ਇਹ ਅਰਦਾਸ ਕਰੋ। हे वाइगुरु। ਸੰਤ ਚੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝ ਹੈ ਦੀਜੈ ਦੇਵਾ ਦੇਵ। हे ਦੇਵਾ ਦੇਵ। ਦੇਵਾ ਦੇਵ ਦਾ ਮਤਲਬ ਹੈ ਪਰਮਾਤਮਾ। हे देवत्यांदे देवते प्रभु मेरी ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਕਿ ਮੇਰੇ ਹਿਰਦੇ ਵਿੱਚ ਇਹ ਦਾਤ ਬਖਸ਼ੋ ਕਿ ਮੈਂ ਤੁਹਾਡੇ ਪਿਆਰਿਆਂ ਦੀ ਸੰਗਤ ਕਰਾਂ ਤੇ ਉਹਨਾਂ ਦੇ ਜਿਹੜੇ ਵਿਚਾਰ ਕਥਾ ਰੂਪ ਨੇ ਉਹ ਸੁਣਾ ਫਿਰ ਮੇਰਾ ਉਹਨਾਂ ਨਾਲ ਪ੍ਰੇਮ ਹੋ ਜਾਏ ਬਸ ਮੇਰਾ ਜੀਵਨ ਸਫਲ ਹੋ ਜਾਏ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੈ ਦੀ ਜਹ ਦੇਵਾ ਦੇਵ ਸਤਿਗੁਰੂ ਜੀ ਕਹਿੰਦੇ ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਤੇ ਅਰਦਾਸ ਤੇ ਕਰ ਸਕਦੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੋ ਕੋ ਕਰਸਨ ਤਨ ਕੀ ਧੂਰੇ ਜਿਹੜੀ ਗੁਰਮੁਖ ਖਾਂ ਜੀ ਸੰਗਤ ਹੈ ਉਹ ਬੜਾ ਪ੍ਰਭਾਵ ਪਾਉਂਦੀ ਇਸ ਲਈ ਭਗਤ ਰਬਦਾਸ ਸਿੰਘ ਇਹ ਸ਼ਬਦ ਦੀ راہ ਉਹ ਦੀ ਪੰਕਤੀ ਅੰਦਰ ਦੇਵਾ ਦੇਵ ਸਭ ਜੀਵਤਿਆਂ ਦਾ ਦੇਵਤਾ ਕੌਣ ਹੈ ਪ੍ਰਮਾਤਮਾ ਉਦੇ ਚਰਨਾਂ ਵਿੱਚ ਅਰਦਾਸ ਕਰਨ ਦੀ ਸਾਨੂੰ ਪ੍ਰੇਰਨਾ ਕਰਨ। ਏ ਵਾਹਿਗੁਰੂ ਸਾਡੇ ਤੇ ਕਿਰਪਾ ਕਰ। ਸਾਨੂੰ ਉਹਨਾਂ ਗੁਰਮੁਖਾਂ ਦੀ ਸੰਗਤ ਬਖਸ਼। ਜਿਨ੍ਹਾਂ ਦੀ ਸੰਗਤ ਕਰਕੇ ਜਿਨ੍ਹਾਂ ਕੋਲੋਂ ਤੁਹਾਡੇ ਗੁਣਾਂ ਦੀ ਵਿਚਾਰ ਕਰੀ। ਬਾਣੀ ਗੁਰੂ ਜੀ ਤੇ ਰੋਜ਼ ਸਾਨੂੰ ਆਵਾਜ਼ ਮਾਰ। ਆਇ ਮਿਲ ਗੁਰਸ਼ਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜਦ ਤੀਕਰ ਸਹੀ ਸੰਗਤ ਨਹੀਂ ਕਰਾਂਗੇ ਸਾਧੂ ਕਿਵੇਂ ਜੀਵਨ ਬਦਲੇ ਹਾਂ ਸੰਗਤ ਕਰਨ ਦੇ ਨਾਲ ਜਿਵੇਂ ਇੱਕ ਕਹਾਵਤ ਮਸ਼ਹੂਰ ਹੈ ਕਿ ਪਾਰਸ ਤੇ ਨਾਲ ਜੇ ਲੋਹਾ ਛੂ ਜਾਏ ਸੋਨਾ ਬਣ ਜਾਂਦਾ ਪਰ ਸ਼ਰਤ ਇਹਨਾਂ ਛੂਣ ਸਿਰਫ ਗੁਰਦੁਆਰੇ ਦੇ ਕੰਪਲੈਕਸ ਵਿੱਚ ਕਿਸੇ ਦਫ਼ਤਰ ਵਿੱਚ ਬਹਿ ਕੇ ਗੱਫਾ ਮਾਰਨੀ ਉੱਥੇ ਬਹਿ ਕੇ ਖਾਣਾ ਪੀਣਾ ਹੋਰ ਸਭ ਕੰਮ ਕਰਨੀ ਸਤਸੰਗਤ ਕਰਨੀ ਨਹੀਂ ਜੀਵਨ ਨਹੀਂ ਬਣਦਾ ਅਜੇ ਘਾਟ ਸਾਡੇ ਵਿੱਚ ਆਮ ਦੇਖਣ ਵਿਚ ਆ ਰਹੀ ਤੋ ਭਗਤ ਜੀ ਕਹਿ ਰਹੇ ਨੇ ਭਾਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੋ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਡਾ ਟੜੀ ਨੇ ਤਹਿਰ ਦੇ ਰਖਾਂ ਸਮਾਂ ਪਾਉ ਮ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸ਼ਰਮਣੀ ਸੁਣੀ ਕਹਾਣੀਆਂ ਜੇ ਗੁਰਥੀ ਵੇਹ ਕਿਰਪਾਲ ਭਾਈ ਜੀ ਗੁਰੂ ਦੇ ਨੇੜੇ ਨਹੀਂ ਬੈਠਾਂਗੇ ਕਿਵੇਂ ਕਹਾਣੀਆਂ ਸੁਣਾ ਕਿਵੇਂ ਕਥਾ ਸੁਣਾਂ ਕਿਵੇਂ ਸਾਡੇ ਜੀਵਨ ਵੀ ਤਬਦੀਲੀ ਆਵੇਗੀ ਤੋਂ ਭਗਤ ਰਵਿਦਾਸ ਜੀ ਦੇ ਸੰਤ ਦੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਧ ਹੈ ਜੀ ਜੈ ਦੇਵਾ ਦੇਵ हे ਦੇਵਾ ਦੇ ਪ੍ਰਮਾਤਮਾ ਮੇਰੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਵਾਹਿਗੁਰੂ ਮੇਰੇ ਹਿਰਦੇ ਵਿੱਚ ਇਹ ਚਾਹਨਾ ਪੈਦਾ ਕਿ ਮੈਂ ਭਲੇ ਪੁਰਸ਼ਾਂ ਦੀ ਸੰਗਤ ਕਰਾਂ ਭਲੇ ਪੁਰਸ਼ਾਂ ਕੋਲ ਬਹਿ ਕੇ ਤੁਹਾਡੀਆਂ ਕਥਾ ਵਾਰਤਾ ਸੁਣਾ ਔਰ ਫਿਰ ਮੇਰੇ ਹਿਰਦੇ ਵਿੱਚ ਪ੍ਰੇਮ ਪੈਦਾ ਹੋ ਜਾਵੇ ਹੁੰਦਾ ਇਹ ਸਤਰਾ ਤਰੀਕਾ ਹੀ ਇਹ ਹੈ ਵਹਤੇ ਜੇ ਤੋਂ ਪਾਤਸ਼ਾਹਬਾਨ ਦੇ ਸਵਈਏ ਪੜਦਾ ਤੇ ਉਹਨਾਂ ਦੇ ਬੜੇ ਸਰਬੋਲ ਹਾਂ ਉਹ ਕਹਿੰਨੇ ਜਦੋਂ ਦੇ ਗੁਰੂ ਦੀ ਸੰਗਤ ਵਿੱਚ ਆਏ ਕੱਚੋਂ ਕੰਚਨ ਭਇਓ ਸ਼ਬਦ ਗੁਰੂ ਸਰਮਣੇ ਸੁਣੀਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਆਹਣ ਮਾਨਕ ਕਰੇ ਗਿਆਨ ਗੁਰ ਕਹਿਓ ਵਿਚਾਰੇ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਛਾ ਆਏ ਸੇ ਪਸ ਪ੍ਰੇਤ ਸੁਰ ਨਰ ਭਏ ਪਰਮਾਨਤੀ ਮੈਂ ਬਹੁਤ ਦੇਦਿਆ ਪ੍ਰਸਾਦ ਸੰਗਤ ਜਦੋਂ ਤੀਕਰ ਇਸਤੇਮਲ ਨਹੀਂ ਕਰਾਂ ਗੁਰੂ ਕੀ ਬਾਣੀ ਵਿੱਚੋਂ ਸਿੱਖਿਆ ਮਿਲਦੀ ਹੈ ਚਾਰ ਕੰਮ ਹਰ ਗੁਰਸਿੱਖ ਨੂੰ ਰੋਜ਼ ਕਰਨੇ ਚਾਹੀਦੇ ਹਨ ਅੰਦਰ ਘੁਰਿਆ ਰਾਜਣਾ ਜੇਵਾ ਜਪ ਗੁਰ ਨਾਮ ਨਿਤਨੇੇ ਸਤਗੁਰੂ ਪੇਖਣਾ ਸ਼ਰਮਣੀ ਸੁਨਣਾ ਗੁਰ ਨਾਮ ਇਹ ਚਾਰੇ ਕੰਮ ਹਰ ਗੁਰਸਿੱਖ ਨੂੰ ਹਰ ਪ੍ਰੇਮੀ ਨੂੰ ਕਰਨੇ ਜ਼ਰੂਰੀ ਹਨ ਹੁਣ ਅਸੀਂ ਆਪਣੇ ਅੰਦਰ ਚਾਤ ਮਾਰੀ ਅਸੀਂ ਕਰਦੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਫਿਰ ਰਸਨਾ ਦੇ ਨਾਲ ਬਾਣੀ ਦਾ ਪਾਠ ਕਰਨਾ ਫਿਰ ਨੇਤਰਾਂ ਦੇ ਨਾਲ ਗੁਰੂ ਅਤੇ ਗੁਰੂ ਸੰਗਤ ਦੇ ਦਰਸ਼ਨ ਕਰਨਾ ਤੇ ਫਿਰ ਉੱਥੇ ਜਾ ਕੇ ਕੰਨਾ ਨਾਲ ਬਾਣੀ ਦਾ ਕੀਰਤਨ ਬਾਣੀ ਦੀ ਵਿਚਾਰ ਸੁਣੋ ਜਿਹੜਾ ਇਹ ਚਾਰ ਕੰਮ ਕਰਨੀ ਸ਼ੁਰੂ ਕਰ ਦੇ ਸਤਿਗੁਰੂ ਸੇਤੀ ਰਤਿਆਂ ਦਰਗਾਹ ਪਾਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਾਥ ਜੀ ਜਗ ਮੇ ਊਤਮ ਕੰਢਿੰਗੇ ਵਰਲੇ ਕੇ ਹੀ ਕੇ ਤੋਂ ਭਗਤ ਰਵਿਦਾਸ ਜੀ ਵੀ ਇੱਕ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਫਰਮਾਨ ਆਓ ਅਰਦਾਸ ਕਰੀਏ ਏ ਵਾਹਿਗੁਰੂ ਏ ਦੇਵਾ ਦੇਵ ਏ ਦੇਵਤਿਆਂ ਦੇ ਦੇਵਤੇ ਏ ਬਾਣ ਸਤਗੁਰੂ ਸਾਡੀ ਤੁਹਾਡੇ ਚਰਨਾਂ ਵਿਚਾਰਦਾ ਸੰਤ ਦੀ ਸੰਗਤ ਸੰਤ ਕਥਾ ਰਸ ਸ਼ੰਤ ਪ੍ਰੇਮ ਮੱਜੈ ਦੀਜੈ ਦੇਵਾ ਦੇਵ ਰਖਾਓ ਸ਼ੰਤ ਤੁਜੀ ਤਨ ਸੰਗਤ ਪ੍ਰਾਨ ਅਖਾਹੇ ਪਰਮਾਤਮਾ ਇਹ ਜਿਹੜੇ ਸੰਤ ਨੇ ਇਹ ਤੇਰਾ ਸਰੀਰ ਹਨ ਜਿਹੜੀ ਉਹਨਾਂ ਦੀ ਸੰਗਤ ਹੈ ਇਹ ਸਤਮੁ ਸਾਡੇ ਅੰਦਰ ਪ੍ਰਾਨ ਚੱਲਦੇ ਸ਼ਬਦਾਵਲੀ ਬਦਲੀ ਜਾ ਸਕਦੀ ਹੈ ਪਾਵ ਹੋਈ ਮੈਂ ਹਮੇਸ਼ਾ ਖੁਆਦਾ ਦਿਲ ਮੁਹੰਮਦ ਜਿਨ੍ਹਾਂ ਨੇ ਜਪਜੀ ਸਾਹਿਬ ਦੀ ਸੁਖਮਨੀ ਸਾਹਿਬ ਦਾ ਸਟੀ ਕਵਤਾ ਤੂ ਕਵਤਾ ਲੀਕ ਠੀਕ ਹੈ ਉਹਨਾਂ ਨੇ ਉਰਦੂ ਵਿੱਚ ਲਿਖਿਆ ਪਰ ਹੁਣ ਉਹਦਾ ਉਲੱਥਾ ਪੰਜਾਬੀ ਵਿੱਚ ਵੀ ਕਰ ਦਿੱਤਾ ਉਹਨਾਂ ਨੇ ਆਰੰਭ ਵਿੱਚ ਕਵਤਾ ਲਿਖੀ ਸੀ वो मैं पढ़ी तो कुछ पंक्तियाँ याद भी कर ली ओ दस फूल खिले एक गुंचे में उन सब की चटक तो एक ही है दस गौहर हो एक माला में उन सब की फटक तो एक ही है दस संत मिले दस रूपों में सीने की भड़क तो एक ही है ਸਤਮੁ ਜਿਹੜੇ ਅਸਲੀ ਸੰਤ ਨੇ ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਲਿਖਿਆ ਕਿ ਸੰਤ ਕੌਣ ਹਨ ਜਿਨ੍ਹਾਂ ਸਾਸ ਗਰਾਸ ਨ ਬਿਸਰੇ ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਐਸੀ ਸੰਤ ਜਿਹੜੇ ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈ ਜਿਆ ਸੰਤ ਤੁਜੀ ਤਨ ਸੰਗਤ ਪ੍ਰਾਨ ਜਿਹੜੇ ਸੰਤ ਨੇ ਉਹ ਤੁਹਾਡਾ ਸਰੀਰ ਹਨ ਜਿਹੜੀ ਉਹਨਾਂ ਦੀ ਸੰਗਤ ਕਰਨੀ ਇਹ ਮਾਨੋ ਭ੍ਰਾਮ ਜਿੰਦ ਜਾਣ ਸਤਿਗੁਰ ਗਿਆਨ ਜਾਣ ਸੰਤ ਦੇਵਾ ਦੇਵ ਅਖਰ ਜਿਨ੍ਹਾਂ ਨੇ ਸਤਗੁਰੂ ਦਾ ਗਿਆਨ ਪ੍ਰਾਪਤ ਕਰ ਉਹ ਅਸਲੀ ਸੰਤ ਨੇ ਔਰ ਉਹ ਦੇਵਾ ਦੇਵ ਪਰਮਾਤਮਾ ਦਾ ਹੀ ਰੂਪ ਨੇ ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਹੈ ਇਸ ਲਈ ਮੇਰੀ ਅਰਦਾਸ ਹੈ ਸੰਤ ਜੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਜੇ ਦੀਜੇ ਦੇਵਾ ਦੇਵ ਇੱਕ ਜਗ੍ਹਾ ਨਹੀਂ ਬਾਣੀ ਤਾਂ ਬਹੁਤ ਸਭਲੇ ਹੈ ਮੇਰੇ ਵਾਹਿਗੁਰੂ ਜੇ ਤੂੰ ਟੁੱਟਾ ਹੈ ਤਾਂ ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਤਾਂ ਜੋ ਉਹਨਾਂ ਦੀ ਸੰਗਤ ਕਰਕੇ ਮੇਰੇ ਜੀਵਨ ਵਿੱਚ ਤਬਦੀਲੀ ਆਵੇ ਰਹਾਉ ਸੰਤ ਆਚਰਨ ਸੰਤ ਚੋ ਮਾਰਗ ਸੰਤ ਚੋ ਓਲਗ ਓਲਗਣੀ ਜਿਹੜਾ ਔਲਗ ਔਲਗਣੀ ਸ਼ਬਦ ਹੈ ਇਹਨੂੰ ਵਿਚਾਰਨ ਦੀ ਲੋੜ ਹੈ ਆਮ ਤੌਰ ਤੇ ਪਿੰਡਾਂ ਵਿੱਚ ਜਿਹੜੇ ਕੰਮ ਕਰਨ ਵਾਲੇ ਨੇ ਜਿਵੇਂ ਬਰਤਨ ਮਾਂਜਦੇ ਨੇ ਲੰਗਰ ਤਿਆਰ ਕਰਦੇ ਉਹਨਾਂ ਨੂੰ ਲਾਗੀ ਕਹਿੰਦੇ ਮੈ ਉਹਨਾਂ ਦਾ ਵੀ ਲਾਗੀ ਸੇਵਾਦਾਰ ਬਣ ਕੇ ਉਹ ਗੱਲੇ ਹੈ ਉਲਗ ਉਲਗਣੀ ਦਾ ਮਤਲਬ ਹੈ ਉਹਨਾਂ ਦੀ ਸੇਵਾ ਕਰ। हे ਵਾਹਿਗੁਰੂ ਮੇਰੇ ਤੇ ਕਿਰਪਾ ਕਰੋ। ਇੱਕ ਤੇ ਮੈਨੂੰ ਸੰਤਾਂ ਵਰਗਾ ਆਚਰਨ ਦੇਵ। ਉਹਨਾਂ ਦੀ ਜੋ ਕਰਨੀ ਹੈ, ਉਹਨਾਂ ਦੇ ਜੋ ਕਰਤੱਵ ਨੇ, ਉਹਨਾਂ ਦਾ ਜੋ ਦੱਸਿਆ ਹੋਇਆ ਰਾਹ। ਸੰਤ ਆਚਰਨ ਸੰਤ ਚੋ ਮਾਰਗ। ਉਹਨਾਂ ਦਾ ਮਾਰਗ ਰਸਤਾ ਜੋ ਹੈ ਉਹ ਮੈਂ ਅਪਣਾ ਲਵਾਂ। ਸ਼ੰਤ ਚੋ ਉਹ ਲਗ ਉਹ ਲਗਣੀ ਤੇ ਉਹਨਾਂ ਸੰਤਾਂ ਦੇ ਦਾਸਾਂ ਦਾ ਵੀ ਦਾਸ ਬਣ ਜਾ ਉਹਨਾਂ ਜੀ ਚਰਨ ਧੂੜ ਬਣ ਜਾ ਉਹਨਾਂ ਦੇ ਪায়ে ਪੂਰਨੀਆਂ ਤੇ ਚੱਲਾਂ ਸੰਤ ਆ ਚਰਨ ਸੰਤ ਚੋ ਮਾਰਗ ਸੰਤ ਚੋ ਉਹ ਲਗ ਉਹ ਲਗਣੀ ਔਰ ਇੱਕ ਮੰਗੋਂ ਭਗਤ ਚਿੰਤਾ ਮੰਨ ਔਰ ਹੋਰ ਇੱਕ ਚੀਜ਼ ਮੈਂ ਹੋਰ ਮੰਨਦਾ ਉਹਨਾਂ ਦੀ ਸੰਗਤ ਵਿੱਚੋਂ ਮੈਨੂੰ ਭਗਤੀ ਮਿਲੀ ਕਿਉਂਕਿ ਭਗਤ ਦੇ ਤੱਤੇ ਨੂੰ ਸਿਹਰੀ ਹੈ ਉਹ ਭਗਤੀ ਜੋ ਚਿੰਤਾ ਮਨ ਇੱਕ ਬਟੀ ਕਹੀ ਜਾਂਦੀ ਹੈ ਵੀ ਜੋ ਜਿਤ ਉਹ ਮਿਲ ਜਾਂਦੇ ਪਰਮਾਤਮਾ ਦੀ ਭਗਤੀ ਐਸੀ ਹੈ ਜਿਹੜੀ ਸਭ ਇੱਛਾ ਪੂਰੀਆਂ ਕਰਨ ਵਾਲੀ ਇਸ ਚੇਲੀ ਬਾਣੀ ਚ ਰੋਜ਼ ਕੀ ਜਪ ਮੰ ਸਤਨਾਮ ਸਦਾ ਸਤਨਾਮ ਹਰਤ ਪਲਤ ਮੁਖੂ ਜਨ ਹੋਈਐ ਨਿਤ ਧਾਈਐ ਹਰ ਪ੍ਰਖ ਨਿਰੰਜਨ ਔਰ ਇਕ ਮੰਗਉ ਭਗਤ ਚਿੰਤਾ ਮੰ ਜਣੀ ਲਖਾਵੋ ਅਸੰਤ ਪਾਪੀ ਸੰ ਇਕ ਮੇਰੀ ਹੋਰ ਅਰਦਾਸ ਜਣੀ ਨਾ ਲਖਾਵੋ ਜਨਾਬ ਜਿਹੜੇ ਅਸੰਤ ਨੇ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਜਿਹੜੇ ਪਾਪ ਕਰਮਾਂ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਮੈਨੂੰ ਦਰਸ਼ਨ ਨਾ ਕਰਾਓ ਉਹਨਾਂ ਦੀ ਮੈਂ ਕਦੇ ਭੁੱਲ ਕੇ ਸੰਗਤ ਵਿੱਚ ਨਾ ਜਾਵਾਂ ਬੜਾ ਜ਼ੋਰ ਦਿੱਤਾ ਹੈ ਭਗਤ ਜੀ ਕਬੀਰ ਸਾਖਰ ਸੰਗ ਨਾ ਕੀਤੀਏ ਦੂਰ ਹੈ ਜਾਈਏ ਬਾਗ ਬਾਸ਼ਨਕਾਰੂ ਪਰਸੀ ਹੈ ਤਉ ਕਚ ਲਗੇ ਦਾਗ ਗਲਤ ਬੰਦਿਆਂ ਦੀ ਸੰਗਤ ਜਿਹੜੀ ਹੈ ਉਹ ਸਾਡੀ ਸਾਰੀ ਕੀਤੀ ਕਤਰੀ ਤੇ ਪਾਣੀ ਫੇਰ ਦੇ ਤੋ ਇਹ ਬੜੇ ਸਰਲ ਸ਼ਬਦ ਨੇ ਔਰ ਇੱਕ ਵਾਂਗੋ ਭਗਤ ਚਿੰਤਾ ਮੰ ਜਣੀ ਲਖਾਉ ਵੋ ਸੰਤ ਪਾਪੀ ਸੰ ਇਹਨਾਂ ਦੇ ਦਰਸ਼ਣ ਮੈਨੂੰ ਕਦੇ ਨਾ ਇਹਨਾਂ ਦੀ ਸੰਗਤ ਕਦੇ ਨਾ ਮੈਨੂੰ ਰਬਦਾਸ ਬਣੇ ਜੋ ਜਾਣੇ ਤੂੰ ਜਾਣ ਰਬਦਾਸ ਜੀ ਕਹਿੰਦੇ ਹਨ ਜਿਹੜਾ ਇਸ ਗੱਲ ਨੂੰ ਜਾਣ ਲਵੇ ਸੋ ਜਾਣ ਉਹ ਸਿਆਣਾ ਹੈ ਉਹ ਗਿਆਨਵਾਨ ਹੈ ਉਹ ਭਾਗਸ਼ਾਲੀ ਹੈ ਰਬਦਾਸ ਬਣੇ ਜੋ ਜਾਣੇ ਤੂੰ ਜਾਣ ਸੰਤ ਅਨੰਤ ਅੰਤਰ ਨਾਹੀ ਜਿਹੜੇ ਪਰਮਾਤਮਾ ਦੇ ਸੰਤ ਨੇ ਔਰ ਅਨੰਤ ਕਈਏ ਪਰਮਾਤਮਾ ਉਹਨਾਂ ਵਿੱਚ ਤੇ ਉਹਨਾਂ ਵਿੱਚ ਕੋਈ ਅੰਤਰ ਨਹੀਂ ਹੈ ਹੁਣ ਧਿਆਨ ਦੇਣਾ ਇੱਥੇ ਅੰਤਰ ਦੇ ਰਾਰੇ ਨੂੰ ਔਂਕੜ ਹੈ ਇਹ ਜਿੱਥੇ ਵੀ ਗੁਰਬਾਣੀ ਚਾਹੇਗਾ ਇਹਦਾ ਮਤਲਬ ਹੈ ਫਰਕ ਤੇ ਜਿੱਥੇ ਅੰਤਰ ਦੇ ਰਾਰੇ ਨੂੰ ਸਿਹਾਰੀ ਹੋਵੇਗੀ ਉਹ ਅੰਦਰ ਦੀ ਗੱਲ ਹੈ ਆਖਿਆ ਦਵਦਾਸ ਭਣੇ ਜੋ ਜਾਣ ਸੋ ਜਾਣ ਜਿਹੜਾ ਇਸ ਗੱਲ ਨੂੰ ਜਾਣ ਲਵੇ ਉਹ ਹੈ ਅਸਲ ਗਿਆਨੀ ਉਹ ਹੈ ਅਸਲ ਸਿਆਣਾ ਮਨੁੱਖ ਕੀ ਜਾਣ ਲਵੇ ਸੰਤ ਅਨੰਤ ਹੈ ਅੰਤਰ ਨਹੀਂ ਸੰਤਾਂ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ فرمایا ਹਰ ਹਰ ਜਨ ਦੁਏ ਇੱਕ ਹੈ ਬਿਬ ਵਿਚਾਰ ਕਛ ਨਹੀਂ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖੇ ਸਮਾਹੀ ਤੋ ਭਗਤ ਰਵਿਦਾਸ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਪੂਰਨੇ પાਜਤੇ ਹਮ ਭਈਏ ਘਰ ਅਰਦਾਸ ਕਰਿਆ ਕਰੋ ਸੰਤ ਕੀ ਸੰਗਤ ਸੰਤ ਕਥਾ ਰਸ ਸੰਤ ਪ੍ਰੇਮ ਮਾਝੇ ਦੀਜੇ ਦੇਵਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ